ਪੰਜਾਬ ਦੇ ਵਿੱਚ ਲਗਾਤਾਰ ਟਰੈਵਲ ਏਜੰਟਾਂ ਦੀ ਬੋਲਬਾਲਾ ਕਾਇਮ ਹੈ ਔਰ ਉਸ ਦੇ ਨਾਲ ਠੱਗੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਅੱਜ ਫਿਰ ਇੱਕ ਵਾਰ ਇੱਕ ਨੌਜਵਾਨ ਦੇ ਨਾਲ ਲਗਭਗ 16 ਲੱਖ ਦੀ ਠੱਗੀ ਹੋਈ ਹੈ। ਮੈਂ ਇਸ ਲਈ ਮੌਜੂਦ ਹੈਗਾ ਲੁਧਿਆਣਾ ਦੇ ਭਾਈਵਾਲਾ ਚੌਂਕ ਦੇ ਨਾਲ ਓਮੈਕਸ ਬਿਲਡਿੰਗ ਦੇ ਬਾਹਰ, ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ। ਤੁਹਾਨੂੰ ਮੈਂ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦੇਣਾ ਚਾਹੁੰਦਾ ਵਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਾ ਇੱਥੇ ਧਰਨਾ ਲਗਾਇਆ ਗਿਆ ਵਾ ਔਰ ਇਹ ਧਰਨਾ ਦਰਅਸਲ ਇੱਕ ਨੌਜਵਾਨ ਦੇ ਨਾਲ ਰਤਨ ਓਵਰਸੀਜ਼ ਜਿਹੜੀ ਇਮੀਗ੍ਰੇਸ਼ਨ ਦਫ਼ਤਰ ਹੈਗਾ ਵਾ ਜਾਂ ਕੰਪਨੀ ਹੈਗੀ ਹੈ, ਉਸ ਪੱਖੋਂ 16 ਲੱਖ ਦੀ ਲਗਭਗ ਜਿਹੜੀ ਹੈ ਉਹ ਠੱਗੀ ਮਾਰੀ ਗਈ ਹੈ ਔਰ ਉਸ ਚੀਜ਼ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਤਰ ਆਈਆਂ ਨੇ। ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਵਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਲਈ ਬੇਸ਼ੱਕ ਇਹਨਾਂ ਇਮੀਗ੍ਰੇਸ਼ਨ ਦਫ਼ਤਰਾਂ ਦੇ ਕੋਲ ਜਾਂਦੇ ਨੇ ਔਰ ਆਪਣੀ ਫਾਈਲ ਲਗਵਾਉਂਦੇ ਨੇ, ਪਰ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਨਾਲ ਠੱਗੀਆਂ ਕਰਦੇ ਨੇ ਔਰ ਉਸ ਠੱਗੀ ਦਾ ਸ਼ਿਕਾਰ ਨੌਜਵਾਨ ਇਸ ਕਰਕੇ ਹੁੰਦਾ ਵੈ ਕਿਉਂਕਿ ਉਸ ਨੂੰ ਇਸ ਜਗ੍ਹਾ 'ਤੇ ਪੰਜਾਬ ਦੇ ਵਿੱਚ ਉਸ ਦੇ ਕੋਲ ਕੰਮ ਨਹੀਂ ਹੁੰਦਾ ਵੈ, ਬੇਰੁਜ਼ਗਾਰ ਹੁੰਦਾ ਵੈ ਔਰ ਉਸ ਨੂੰ ਲੱਗਦਾ ਵੈ ਕਿ ਉਹ ਆਪਣਾ ਭਵਿੱਖ ਵਿਦੇਸ਼ 'ਚ ਜਾ ਕੇ ਬਣਾ ਸਕਦਾ ਵੈ। ਤਾਂ ਇਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸਾਫ਼ ਤੌਰ 'ਤੇ ਚੇਤਾਵਨੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਠੱਗਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਜੇਕਰ ਉਹਨਾਂ ਨੇ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੰਘਰਸ਼ ਹੋਰ ਤਿੱਖਾ ਕਰ ਸਕਦੇ ਨੇ। ਮੈਂ ਰਜਿੰਦਰ ਸਿੰਘ ਸਿਆੜ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ, ਜ਼ਿਲ੍ਹਾ ਲੁਧਿਆਣਾ ਦਾ ਵਿੱਤ ਸਕੱਤਰ ਬੋਲ ਰਿਹਾ। ਅੱਜ ਸਾਨੂੰ ਮਜਬੂਰਨ ਇੱਥੇ ਆ ਕੇ ਬਹਿਣਾ ਪਿਆ। ਆ ਜਿਹੜਾ ਓਮੈਕਸ ਮਾਲ ਆ ਇਹਦੇ ਅੰਦਰ ਇੱਕ ਟਰੈਵਲ ਏਜੰਸੀ ਆ ਰਤਨ ਓਵਰਸੀਜ਼ ਨਾਂ ਦੀ, ਜਿਹਦਾ ਮਾਲਕ ਦਾ ਨਾਂ ਜਸ ਜੀਵਨ ਜੋਤ ਇਸ ਤਰ੍ਹਾਂ ਦਾ ਨਾਂ। ਇਸ ਟਰੈਵਲ ਏਜੰਸੀ ਦੇ ਕੋਲ ਇੱਕ ਨੌਜਵਾਨ ਬੱਚਾ ਸਾਡਾ ਗੁਰਜਾਪ ਸਿੰਘ, ਪਿੰਡ ਜਿਹਦਾ ਹੈਗਾ ਰੋੜੀਆਂ, ਪੁੱਤਰ ਬਲਦੇਵ ਸਿੰਘ, ਉਸ ਨੇ UK ਜਾਣ ਵਾਸਤੇ ਜੂਨ 2023 ਦੇ ਵਿੱਚ ਰਤਨ ਓਵਰਸੀਜ਼ ਜਿਹੜੀ ਟਰੈਵਲ ਏਜੰਸੀ ਆ ਇਹਦੇ ਕੋਲ ਆਪਣੀ ਫਾਈਲ ਲਗਵਾਈ ਸੀ, ਜਿਸ ਨੂੰ ਉਹਨੇ 16 ਲੱਖ ਰੁਪਈਆ, 2 ਲੱਖ ਰੁਪਈਆ ਨਗਦ ਅਤੇ ਬਾਕੀ ਦਾ ਬੈਂਕ ਰਾਹੀਂ ਪੇਮੈਂਟ ਕੀਤੀ ਸੀਗੀ। ਲੇਕਿਨ ਉਹਦੀ ਜਿਹੜੀ ਫਾਈਲ ਸੀ ਉਹ ਰਿਜੈਕਟ ਹੋ ਗਈ, ਉਹਨੂੰ ਵੀਜ਼ਾ ਨਹੀਂ ਲੱਗਿਆ। ਜਦੋਂ ਵੀਜ਼ਾ ਨਹੀਂ ਲੱਗਿਆ ਟਰੈਵਲ ਏਜੰਟ ਦਾ ਫਰਜ਼ ਬਣਦਾ ਸੀ ਕਿ ਉਹਦੀ ਰਕਮ ਵਾਪਸ ਕਰਨੀ ਸੀ, ਲੇਕਿਨ ਉਸ ਨੇ ਨਾ ਤਾਂ ਉਹਨੂੰ ਦੁਬਾਰਾ ਫਾਈਲ ਲਾਈ ਉਹਦੀ, ਜਦੋਂ ਉਹਨਾਂ ਨੇ ਰੌਲਾ ਪਾਇਆ ਉਹਨੂੰ ਮਾੜਾ ਹੌਲੀ ਕਰਾ ਦਿਓ, ਨਾ ਤਾਂ ਉਹਨਾਂ ਨੇ ਉਹਦੀ ਫਾਈਲ ਲਾਈ ਦੁਬਾਰਾ, ਜਦੋਂ ਉਹਨਾਂ ਰੌਲਾ ਪਾਇਆ ਤਾਂ ਉਹਨੂੰ 2 ਲੱਖ ਰੁਪਈਆ ਮੋੜ ਦਿੱਤਾ। ਉਸ ਤੋਂ ਬਾਅਦ ਉਹਨੂੰ ਪਹਿਲਾਂ 10 ਲੱਖ ਦਾ ਚੈੱਕ ਦਿੱਤਾ, ਫਿਰ 10 ਲੱਖ ਦਾ ਚੈੱਕ ਵਾਪਸ ਲੈ ਕੇ 12 ਲੱਖ ਦਾ ਦੇਤਾ। ਉਹ ਚੈੱਕ ਉਹ ਬਾਊਂਸ ਹੋ ਗਿਆ ਬੈਂਕ ਦੇ ਵਿੱਚ, ਉਹ ਵੀ ਇਹਦੇ 'ਤੇ ਜੇ ਚਾਹੇ ਤਾਂ ਉਹ ਗੁਰਜਾਪ ਸਿੰਘ ਕੇਸ ਕਰ ਸਕਦਾ ਹੈਗਾ। ਅਤੇ ਲੇਕਿਨ ਇਹ ਜਿਹੜਾ ਟਰੈਵਲ ਏਜੰਟ ਆ ਇਹ ਸਾਨੂੰ ਲਾਰੇ ਆ ਰਿਹਾ ਉਸ ਨੌਜਵਾਨ ਨੂੰ ਫੋਨ ਦੇ ਉੱਤੇ ਇਹ ਮਾੜਾ ਚੰਗਾ ਵੀ ਬੋਲਦਾ, ਇੱਥੋਂ ਤੱਕ ਕਿ ਗਾਲਾਂ ਵੀ ਕੱਢੀਆਂ ਨੇ, ਉਹਦੀ ਰਿਕਾਰਡਿੰਗ ਵੀ ਉਸ ਬੱਚੇ ਦੇ ਕੋਲ ਆ। ਇਹ ਸਾਰੇ ਕਾਸੇ ਤੋਂ ਦੁਖੀ ਹੋ ਕੇ ਉਸ ਨੇ, ਪਹਿਲੀ ਗੱਲ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ, ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਇੱਥੇ ਰੋਲਣ ਲਈ ਮਜਬੂਰ ਨੇ, ਉਹਨਾਂ ਨੂੰ ਮਜਬੂਰੀ ਬਸ ਜਾਇਜ਼ ਨਜਾਇਜ਼ ਢੰਗ ਤਰੀਕਾ ਵਰਤ ਕੇ ਬਾਹਰਲੇ ਮੁਲਕਾਂ ਦਾ ਰੁੱਖ ਕਰਨਾ ਪੈ ਰਿਹਾ। ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਜਾਣ, ਨਾ ਕੋਈ ਬੱਚਾ ਚਾਹੁੰਦਾ ਕਿ ਉਹ ਆਪਦੇ ਮਾਂ ਪਿਓ ਨੂੰ ਇੱਥੇ ਰੋਲਣ ਦੇ ਲਈ
ਛੱਡ ਕੇ ਜਾਵੇ। ਅਸੀਂ ਸਮਾਜ ਵਿੱਚ ਆਮ ਦੇਖਦੇ ਹਾਂ ਸਾਡੇ ਵਰਗੇ ਬੁੜੇ ਠੇਰੇ ਇੱਥੇ ਬੈਠੇ ਆ, ਨੌਜਵਾਨ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰੁਲਦੇ ਆ। ਇਹ ਕਿੰਨੀ ਪੜ੍ਹਾਈ ਕੀਤੀ ਆ ਤੂੰ, ਮੈਨੂੰ ਕਾਹਦਾ ਡਿਪਲੋਮਾ ਕਰੇਗਾ? ਹਾਂ, ਇਸ ਗੁਰਜਾਪ ਸਿੰਘ ਨੇ ਪਲੱਸ ਟੂ ਕਰਨ ਤੋਂ ਬਾਅਦ ਪਲੰਬਰ ਦਾ ਡਿਪਲੋਮਾ ਕੀਤਾ ਹੋਇਆ। ਚਲੋ ਜਦੋਂ ਇਸ ਨੂੰ ਇੱਥੇ ਕੋਈ ਚੱਜ ਦੀ ਨੌਕਰੀ ਨਾ ਮਿਲੀ, ਇਹਨੇ ਪਿਓ ਦੀ ਜ਼ਮੀਨ ਜਾਇਦਾਦ ਵੇਚ ਕੇ ਇੰਗਲੈਂਡ ਜਾਣ ਦਾ ਸੁਪਨਾ ਸਜਾਇਆ ਸੀ ਅਤੇ ਇਸ ਏਜੰਟ ਨੂੰ 16 ਲੱਖ ਰੁਪਈਆ ਦਿੱਤਾ ਸੀਗਾ। ਸਾਡਾ ਅਗਲਾ ਕਦਮ ਇਹ ਆ ਜੀ, ਪਹਿਲੀ ਤਾਂ ਸਾਡੀ ਤਰਜੀਹ ਹੁੰਦੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਜਿਹੜੀ ਟੇਬਲ ਟਾਕ ਦੇ ਵਿੱਚ ਮਸਲੇ ਨਿਬੇੜਨ ਦੇ ਵਿੱਚ ਵਿਸ਼ਵਾਸ ਰੱਖਦੀ ਆ। ਜੇਕਰ ਉਹ ਟੇਬਲ ਟਾਕ 'ਤੇ ਨਹੀਂ ਆਊਗਾ, ਕੋਈ ਗੱਲ ਟੇਬਲ ਟਾਕ 'ਤੇ ਨਹੀਂ ਨਿਬੜੂਗੀ, ਫਿਰ ਜਥੇਬੰਦੀ ਮਜਬੂਰ ਹੋ ਕੇ ਉਹਦੇ ਘਰ ਦੇ ਅੱਗੇ, ਉਹਦੇ ਦਫ਼ਤਰ ਦੇ ਅੱਗੇ, ਜਿੱਥੇ ਵੀ ਸਾਡੀ ਉੱਪਰਲੀ ਲੀਡਰਸ਼ਿਪ ਸਾਨੂੰ ਅਗਵਾਈ ਦਊਗੀ, ਸਾਨੂੰ ਸਲਾਹ ਦਊਗੀ, ਉਸ ਦੇ ਮੁਤਾਬਕ ਇਸ ਰਤਨ ਓਵਰਸੀਜ਼ ਦੇ ਮਾਲਕ ਦੇ ਘਰ ਅੱਗੇ ਜਾਂ ਇਸ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਊਗਾ। ਅੱਜ ਸਿਰਫ ਅਸੀਂ ਸੰਕੇਤਕ ਧਰਨਾ ਲਾਉਣ ਆਏ ਹਾਂ, ਅੱਜ ਚੇਤਾਵਨੀ ਦੇਣ ਆਏ ਹਾਂ। ਬਿਲਕੁਲ ਨਹੀਂ ਕੀਤਾ ਜੀ, ਕੱਲ੍ਹ ਉਹਨੇ ਕੋਸ਼ਿਸ਼ ਕਰੀ ਸੀ ਵੀ ਮੈਂ ਗੱਲਬਾਤ ਲਈ ਤਿਆਰ ਹਾਂ, ਲੇਕਿਨ ਸ਼ਾਮ ਨੂੰ ਉਹ ਜਵਾਬ ਦਿੱਤਾ ਕਹਿੰਦਾ ਜੀ ਮੈਂ ਤਾਂ ਫਿਰੋਜ਼ਪੁਰ ਹਾਂ, ਕੱਲ੍ਹ ਨੂੰ ਗੱਲ ਕਰਾਂਗੇ। ਅੱਜ ਉਹਦੇ ਨਾਲ ਫੋਨ 'ਤੇ ਗੱਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਚੱਕਿਆ ਫੋਨ, 11:30 ਵਜੇ ਫੋਨ ਚੱਕਿਆ, ਇੰਨੀ ਗੱਲ ਕਹਿਤੀ ਉਸਨੇ, ਕਹਿੰਦਾ ਜੀ ਅਸੀਂ ਤਾਂ ਸੁੱਤੇ ਪਏ ਹਾਂ ਅਜੇ, ਹੁਣ ਆਹ ਪਰਿਵਾਰ ਸਾਡਾ ਭਾਰਤੀ ਕਿਸਾਨ ਯੂਨੀਅਨ ਉਹਨੂੰ ਜਗਾਉਣ ਵਾਸਤੇ ਆਇਆ। ਦੇਖੋ ਜੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਇਹਨੇ ਕਿੰਨੇ ਕੁ ਬੰਦਿਆਂ ਨਾਲ ਠੱਗੀ ਲਾਈ ਆ, ਇਹ ਆਪਾਂ ਸਾਰੇ ਜਾਣਦੇ ਹਾਂ ਵੀ ਇਹੋ ਜਿਹੜੇ ਟਰੈਵਲ ਏਜੰਟ ਨੇ ਅਨੇਕਾਂ ਲੋਕਾਂ ਨੂੰ ਆਪਦਾ ਸ਼ਿਕਾਰ ਬਣਾ ਚੁੱਕੇ ਨੇ ਅਤੇ ਬਣਾ ਰਹੇ ਨੇ। ਹਾਂਜੀ, ਸਰਕਾਰ ਅੱਗੇ, ਇਹ ਸਰਕਾਰ ਨੂੰ ਵੀ ਚੇਤਾਵਨੀ ਹੁੰਦੀ ਆ ਸਾਡੀ ਤਾਂ, ਅਪੀਲਾਂ ਕਰ ਕਰਕੇ ਅਸੀਂ ਹੱਥ ਥੱਕ ਚੁੱਕੇ ਹਾਂ, ਸਰਕਾਰ ਨੂੰ ਵੀ ਚੇਤਾਵਨੀ ਆ ਵੀ ਇਹੋ ਜਿਹੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਦੇ ਲਈ ਕੋਈ ਨਾ ਕੋਈ ਸਾਰਥਿਕ ਕਾਰਵਾਈ ਕੀਤੀ ਜਾਵੇ, ਕੋਈ ਇਹ ਅਜਿਹਾ ਠੋਸ ਕਾਨੂੰਨ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹ ਰੋਕੀਆਂ ਜਾ ਸਕਣ। ਪਿੰਡ ਮਲੌਰ ਰੂੜੀਆਂ, ਆਪਣਾ ਸੀਨ ਮਲੌਰ, ਮੈਂ ਆਪਣੇ ਓਮੈਕਸ ਮਾਲ ਵਿੱਚ ਏਜੰਟ ਨੇ ਸੈਕਿੰਡ ਫਲੋਰ 'ਤੇ ਓਮੈਕਸ ਰਤਨ ਓਵਰਸੀਜ਼, ਇਹਨਾਂ ਕੋਲ ਯੂਕੇ ਜਾਣ ਲਈ ਮੈਂ ਫਾਈਲ ਅਪਲਾਈ ਕਰੀ ਸੀ 14 ਜੂਨ ਨੂੰ, ਇਹਨਾਂ ਨੂੰ ਮੈਂ ਪੇਮੈਂਟ ਚਾਰ ਦਿੱਤੀ ਸਾਰੀ ਟੋਟਲ, ਅਤੇ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਦਾ ਮੇਰਾ 15/2013 ਅਪਰੂਵਲ ਆ ਗਈ ਸੀ ਵੀਜ਼ੇ ਦੀ, ਇਹਨਾਂ ਨੇ ਪਾਸਪੋਰਟ ਮੇਰਾ ਜਮ੍ਹਾਂ ਕਰਾਉਣ ਸਾਰ ਇਹਨਾਂ ਨੇ ਮੇਰਾ ਫੰਡ ਚੱਕ ਲਿਆ ਅਕਾਊਂਟ 'ਚੋਂ, ਫੰਡ ਚੱਕਣ ਸਾਰ 30 ਨਵੰਬਰ ਨੂੰ ਮੇਰਾ ਕੇਸ ਰਿਜੈਕਟ ਹੋ ਗਿਆ। ਕਿ ਰਿਜੈਕਟ ਹੋਣ ਤੋਂ ਬਾਅਦ ਇਹਨਾਂ ਨੇ ਮੇਰੀ ਪੇਮੈਂਟ, ਮੈਂ ਕਿਹਾ ਮੇਰੀ ਪੇਮੈਂਟ ਦੇ ਦਿਓ, ਚਲੋ ਰਿਜੈਕਟ ਹੋਇਆ ਕੋਈ ਗੱਲ ਨਹੀਂ ਹੈਗੀ, ਇਹਨਾਂ ਨੇ ਮੇਰੀ ਪੇਮੈਂਟ 'ਤੇ ਧਮਕੀਆਂ ਦਿੰਦੇ ਨੇ ਅਤੇ ਗਾਲਾਂ ਕੱਢ ਰਹੇ ਨੇ ਉੱਪਰੋਂ, ਅਤੇ ਅੱਜ ਪੌਣੇ 2 ਸਾਲ 1.5 ਸਾਲ ਹੋ ਗਏ। ਹਾਂਜੀ ਹਾਂ ਹਾਂ, ਇਹ ਕਹਿੰਦਾ ਵੀ ਸਾਡੇ ਬਹੁਤ ਲਿੰਕ ਨੇ ਵੀ ਤੂੰ ਐਂ ਕਰ ਲੈ ਕਰ ਲਾ, ਵੀ ਇੱਕ ਦੋ ਜਣਿਆਂ ਤੇਰੀ ਗੱਲ ਹੋਈ ਵੀ ਅਸੀਂ ਉਮੀਦ ਤੈਨੂੰ ਪੈਸੇ ਵਾਪਸ ਕਰ ਦਾਂਗੇ, ਪਰ ਇਹਨੇ ਜਮ੍ਹਾਂ ਨਹੀਂ ਕਰੇ, ਉਹਦੇ ਵਿੱਚੋਂ 2 ਲੱਖ ਰੁਪਈਆ ਪਾਇਆ, ਅਤੇ ਉੱਪਰ 'ਚ ਡਰਾਉਂਦਾ ਧਮਕਾਉਂਦਾ ਅਤੇ ਬਕਾਇਦਾ ਉਹਨਾਂ ਦੀ ਰਿਕਾਰਡਿੰਗਾਂ ਅਤੇ ਜੋ ਵੀ ਬੈਂਕ 'ਚੋਂ ਪੈਸੇ ਨੇ ਸਾਰੇ ਟ੍ਰਾਂਸਫਰ RTGS ਕਰੇ ਹੋਏ ਨੇ ਵਿਦ ਪਰੂਫ ਸਾਰੇ ਆਪਣੇ ਕੋਲ ਨੇ। ਹਾਂਜੀ, ਹਾਂ ਕਿਸਾਨ ਏਕਤਾ ਕਿਸਾਨ ਯੂਨੀਅਨ ਆਪਣੇ ਗ੍ਰਾਹਕ ਸਾਹਿਬ ਉਹਨਾਂ ਨਾਲ ਕੰਟੈਕਟ ਕੀਤਾ ਅਤੇ ਇਹਨਾਂ ਨਾਲ ਫਿਰ ਜਿਵੇਂ ਮੀਟਿੰਗ ਸੀ ਫਿਰ ਉਸ ਹਿਸਾਬ ਨਾਲ ਹੋਇਆ। ਹਾਂਜੀ 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 ਹਾਂਜੀ, ਰਿਕਾਰਡਿੰਗਾਂ ਬਕਾਇਦਾ ਗਾਲਾਂ ਕੱਢਦੇ ਨੇ, ਰਿਕਾਰਡਿੰਗਾਂ ਨੇ ਇਹਨਾਂ ਦੀਆਂ ਸਾਰੀਆਂ। ਹਾਂਜੀ, ਚਾਹੁੰਦੇ ਵੀ ਆਪਣੇ ਪੇਮੈਂਟ ਵਾਪਸ ਕਰੀ ਜਾਵੇ, ਬਸ ਇਨਸਾਫ ਮਿਲੇ ਸਾਨੂੰ। ਕਾਰਵਾਈ ਵੀ ਹੋਣੀ ਚਾਹੀਦੀ, ਇਹੋ ਜਿਹੇ ਨੂੰ ਬੰਦ ਹੋਣੇ ਚਾਹੀਦੇ ਨੇ।
ਵੀ ਆਪਦਾ ਵੀ ਐਨ ਪੂਰਾ ਸਿਕਿਓਰ ਹੋ ਕੇ ਜਾਣੀ ਕਿ ਵੀ ਫਿਰ ਆਪਦਾ ਕਾਰਨ ਵੀ ਉਦੋਂ ਇਹਨਾਂ ਜਿਵੇਂ ਠੱਗ ਬੈਠੇ ਨੇ ਹਜੇ ਬਹੁਤ ਨੇ ਵੀ ਇਹਨਾਂ ਕੋਲ ਨਾ ਫਸੋ ਇਹ ਠੱਗ ਏਜੰਟ ਨੇ।